ਕਾਸ਼ ਅਸੀਂ ਆਜ਼ਾਦ ਹੋਏ ਹੀ ਨਾ ਹੁੰਦੇ, ਕਿਉਂਕਿ ਅੱਜ ਆਪਾਂ ਗਣਤੰਤਰਤਾ ਦਿਵਸ ਉਸ ਤੋਂ ਬਾਅਦ ਸੁਤੰਤਰਤਾ ਦਿਵਸ ਮਨਾਉਂਦੇ ਹਾਂਗੇ, ਪਰ ਇਹਦਾ ਕੋਈ ਮਤਲਬ ਨਹੀਂ ਹੈਗਾ ਕਿਉਂਕਿ ਆਪਣੀ ਸੋਚ ਤਾਂ ਅੱਜ ਵੀ ਹੈ ਨਾ ਗੁਲਾਮ ਹੈਗੀ। ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਮੇਰੇ ਵੱਲੋਂ 15 ਅਗਸਤ ਸੁਤੰਤਰਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਪਰ ਅੱਜ ਦੀ ਜਿਹੜੀ ਇਹ ਮੇਰੀ ਵੀਡੀਓ ਹੈਗੀ, ਇਹ ਕੁਛ ਇੱਦਾਂ ਦੀ ਹੋਣ ਵਾਲੀ ਹੈ ਕਿ ਦੇਖੋ ਆਪਾਂ ਅੰਗਰੇਜ਼ਾਂ ਤੋਂ ਆਜ਼ਾਦੀ ਦਾ ਦਿਹਾੜਾ ਮਨਾਉਂਦੇ ਹਾਂ, ਵੀ ਹਾਂ ਅਸੀਂ ਅੰਗਰੇਜ਼ਾਂ ਤੋਂ ਆਜ਼ਾਦ ਹੋ ਗਏ। ਅੰਗਰੇਜ਼ਾਂ ਤੋਂ ਆਜ਼ਾਦ ਹੋਇਆਂ ਨੂੰ ਆਪਾਂ ਨੂੰ ਬਹੁਤ ਸਾਲ ਹੋ ਗਏ ਨੇ, ਪਰ ਜਿਹੜੀ ਆਪਣੀ ਸੋਚ ਹੈ ਉਹ ਹਜੇ ਵੀ ਅੰਗਰੇਜ਼ਾਂ ਦੀ ਗੁਲਾਮ ਹੈਗੀ, ਕਿਉਂਕਿ ਆਪਣਾ ਖਾਣਾ ਵੀ ਅੰਗਰੇਜ਼ਾਂ ਵਾਲਾ ਹੈਗਾ, ਆਪਣਾ ਪਹਿਨਣਾ ਵੀ ਅੰਗਰੇਜ਼ਾਂ ਵਾਲਾ। ਦੇਖੋ ਆਪਣੀ ਜਿਹੜੀ ਕਲਚਰ ਹੈਗਾ ਉਹਨਾਂ ਨੇ ਅਪਣਾ ਲਿਆ, ਪਰ ਉਹਨਾਂ ਵਾਲਾ ਵੈਸਟਰਨ ਕਲਚਰ ਹੈ ਉਹ ਆਪਾਂ ਨੇ ਅਪਣਾ ਲਿਆ ਹੈਗਾ। ਪਹਿਲਾਂ ਮਹਾਭਾਰਤ ਹੁੰਦੇ ਸੀਗੇ ਹੈ ਨਾ, ਸਤਯੁਗ ਦੇ ਵਿੱਚ, ਤ੍ਰੇਤੇ ਯੁੱਗ ਦੇ ਵਿੱਚ ਜੋ ਵੀ ਯੁੱਧ ਹੋਏ ਨੇ ਔਰਤ ਦੀ ਇੱਜ਼ਤ ਬਚਾਉਣ ਵਾਸਤੇ ਹੈ ਨਾ, ਜਦ ਕਿ ਕਹਿੰਦੇ ਕੱਪੜੇ ਉਤਾਰੇ ਗਏ ਸੀਗੇ ਹੈ ਨਾ, ਅਤੇ ਉਸ ਟਾਈਮ ਕ੍ਰਿਸ਼ਨ ਭਗਵਾਨ ਜੀ ਨੇ ਆ ਕੇ ਉਹਦੇ ਦ੍ਰੋਪਦੀ ਦੀ ਰੱਖਿਆ ਕੀਤੀ ਹੈ ਨਾ, ਅਤੇ ਕੌਰਵਾਂ ਪਾਂਡਵਾਂ ਦੇ ਵਿੱਚ ਫਿਰ ਦੇਖੋ ਕਿੰਨਾ ਯੁੱਧ ਹੋਇਆ। ਪਰ ਅੱਜ ਕੱਲ੍ਹ ਯੁੱਧ ਹੋ ਰਹੇ ਨੇ ਘਰਾਂ ਦੇ ਵਿੱਚ ਕੱਪੜੇ ਪਵਾਉਣ ਵਾਸਤੇ ਹੈ ਨਾ, ਕਿਉਂਕਿ ਛੋਟੇ ਛੋਟੇ ਕੱਪੜੇ ਪਾ ਕੇ ਆਪਣੀਆਂ, ਹੁਣ ਮੈਂ ਕੀ ਕਹਿਣਾ, ਬੋਲਣਾ ਤਾਂ ਬਹੁਤ ਕੁਛ ਚਾਹੁੰਦੀ ਹਾਂ ਪਰ ਨਹੀਂ ਬੋਲਣਾ ਚਾਹੁੰਦੀ। ਤੁਸੀਂ ਸਾਰੇ ਸਮਝਦਾਰ ਹੋ, ਦੇਖੋ ਜਦੋਂ ਕੋਈ ਜਾਂਦਾ ਹੈ ਨਾ, ਤੁਰਿਆ ਜਾਂਦਾ ਤਾਂ ਆਪਣੀਆਂ ਵੀ ਅੱਖਾਂ ਝੁੱਕ ਜਾਂਦੀਆਂ ਨੇ। ਦੇਖੋ ਵੀਰਾਂ ਨੂੰ ਆਪਾਂ ਕਹਿੰਦੇ ਹਾਂ ਵੀ ਹਾਂ, ਆਪਾਂ ਵੀ ਲੇਡੀਜ਼ ਹੋ ਕੇ ਵੀ ਜਦੋਂ ਕਈ ਵਾਰੀ ਮੋਬਾਈਲ ਦੇਖਦੇ ਹਾਂ ਨਾ, ਖੋਲਦੇ ਹਾਂ ਤਾਂ ਖੁਦ ਨੂੰ ਵੀ ਸ਼ਰਮ ਆ ਜਾਂਦੀ ਹੈਗੀ। ਹੁਣ ਵੀ ਆਪਾਂ ਹੈ ਨਾ ਜਾ ਕੇ ਅੰਗਰੇਜ਼ਾਂ ਦੀ ਗੁਲਾਮੀ ਉਹ ਕਰਨੀ ਹੈ, ਉਹਨਾਂ ਦੇ ਜਾ ਕੇ ਉੱਥੇ ਝਾੜੂ ਪੋਚੇ ਕਰਨੇ ਨੇ, ਉਹਨਾਂ ਦੀਆਂ ਦੁਕਾਨਾਂ 'ਤੇ ਕੰਮ ਕਰਨੇ ਨੇ। ਇੱਦੋਂ ਤਾਂ ਬਿਹਤਰ ਸੀਗਾ ਕਿ ਆਪਾਂ ਗੁਲਾਮ ਹੀ ਰਹਿੰਦੇ, ਹੁਣ ਵੀ ਆਪਣਾ ਜਿਹੜਾ ਮਾਇੰਡ ਹੈ ਉਹ ਬਿਲਕੁਲ ਗੁਲਾਮ ਹੀ ਹੈਗਾ। ਦੇਖੋ ਕਿੱਥੇ ਤਾਂ ਆਪਾਂ ਆਜ਼ਾਦ ਹੋਏ ਆਪਣੇ ਜਿਹੜੇ ਸੀਗਾ ਕਿ ਆਪਾਂ ਆਪਣੀ ਮਰਜ਼ੀ ਦੇ ਨਾਲ ਆਪਣੇ ਦੇਸ਼ ਦੇ ਵਿੱਚ ਕੋਈ ਕੰਮ ਕਰੀਏ। ਆਪਣੇ ਬੱਚੇ ਬਸ ਪਲੱਸ ਟੂ ਕੀਤੀ ਅਤੇ ਆਈਲੈਟਸ ਕੀਤੀ ਅਤੇ ਬਾਹਰ ਚਲੇ ਜਾਓ, ਬਸ ਇੰਨਾ ਹੀ ਰਹਿ ਗਿਆ। ਅਤੇ ਲੜਕੀਆਂ ਨੇ ਜਿਹੜੀਆਂ ਉਹਨਾਂ ਨੂੰ ਬਸ ਠੁਮਕੇ ਲਗਾਉਣ ਤੋਂ ਬਿਨਾਂ ਨਹੀਂ ਕੋਈ ਕੰਮ ਰਿਹਾ ਹੈਗਾ ਹੈ ਨਾ। ਜਦਕਿ ਮੈਂ ਆਪਣੇ ਕਿਸਾਨ ਵੀਰਾਂ ਨੂੰ ਵੀ ਇਹੀ ਬੇਨਤੀ ਕਰੂੰਗੀ, ਕਿਉਂਕਿ ਇੱਕ ਆਪਣਾ ਮੰਗਤੇ ਹਾਂ, ਮੰਗੋ ਬਸ ਹੱਥ ਅੱਡਣ ਜੋਗੇ ਰਹਿ ਗਏ ਹਾਂਗੇ। ਪਹਿਲਾਂ ਵੀ ਅੰਗਰੇਜ਼ਾਂ ਮੂਹਰੇ ਅੱਡਦੇ ਸੀਗੇ, ਹੁਣ ਸਰਕਾਰਾਂ ਮੂਹਰੇ ਅੱਡੀ ਜਾਂਦੇ ਹਾਂ। ਜਦਕਿ ਮੈਂ ਅਕਸਰ ਕਹਿੰਦੀ ਹੁੰਦੀ ਹੈਗੀ ਹੈ ਨਾ, ਵੀ ਉਸ ਮੁਕਾਮ ਤੱਕ ਪਹੁੰਚੋ, ਆਪਣੇ ਬੱਚਿਆਂ ਨੂੰ ਪੜ੍ਹਾਓ, ਉਹਨਾਂ ਦਾ ਮਾਇੰਡ ਸੈੱਟ ਉੱਥੇ ਤੱਕ ਕਰੋ। ਆਪਾਂ ਧਰਨਿਆਂ 'ਤੇ ਰਹਿ ਗਏ ਅਤੇ ਬੱਚੇ ਆਪਣੇ ਨਸ਼ਿਆਂ 'ਤੇ ਰਹਿ ਗਏ, ਕਿਉਂਕਿ ਸਰਕਾਰ ਤੋਂ ਆਪਾਂ ਆਪਣੇ ਹੱਕ ਮੰਗਣ ਲੱਗ ਰਹੇ ਹਾਂ, ਉਹ ਉਦੋਂ ਸਹਿ ਮਿਲ ਮਿਲ ਕੇ ਆਪਣੇ ਬੱਚਿਆਂ ਤੱਕ ਨਸ਼ਾ ਪਹੁੰਚ ਰਿਹਾ ਹੈਗਾ। ਸਭ ਤੋਂ ਪਹਿਲਾਂ ਆਪਾਂ ਆਪਣਾ ਘਰ ਸੰਭਾਲੀਏ ਹੈ ਨਾ, ਘਰ ਨੂੰ ਆਜ਼ਾਦ ਕਰਾਂਗੇ ਫਿਰ ਜਾ ਕੇ ਕਿਤੇ ਆਪਾਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾ ਸਕਦੇ ਹਾਂਗੇ। ਕਿਉਂਕਿ ਬੱਚੇ ਨੂੰ ਇੰਨੀ ਸਿੱਖਿਆ ਦਿਓ ਵੀ ਤੁਸੀਂ ਪੜ੍ਹੋ ਲਿਖੋ, ਅੱਗੇ ਜਾ ਕੇ ਅਫਸਰ ਬਣੋ ਅਤੇ ਸਰਕਾਰ ਦੇ ਨਾਲ ਸਵਾਲ ਜਵਾਬ ਕਰਕੇ ਤੁਸੀਂ ਉੱਥੋਂ ਕੁਛ ਹਾਸਿਲ ਕਰ ਸਕਦੇ ਹੋ, ਨਾ ਕਿ ਮੰਗਤਿਆਂ ਵਾਂਗੂ ਹੱਥ ਅੱਡ ਕੇ। ਕੁਛ ਵੀ ਹਾਸਿਲ ਨਹੀਂ ਹੋਣਾ, ਕਿਉਂਕਿ ਪਹਿਲਾਂ ਵੀ ਤੁਸੀਂ ਦੇਖਿਆ ਜਦੋਂ ਮੰਗ ਰਹੇ ਸੀਗੇ ਕੁਛ ਨਹੀਂ ਮਿਲ ਰਿਹਾ ਸੀਗਾ। ਅੱਜ ਕੱਲ੍ਹ 15 ਅਗਸਤ ਦੇਖੋ ਆਪਾਂ ਮਨਾ ਰਹੇ ਹਾਂਗੇ ਹੈ ਨਾ, ਸਕੂਲਾਂ ਦੇ ਵਿੱਚ ਵੀ ਬਸ ਨੱਚ ਕੇ ਡੱਪ ਕੇ ਡਾਂਸ ਗਿੱਧਾ ਭੰਗੜਾ ਹੈ ਨਾ, ਇਹਦੇ ਨਾਲ ਹੀ ਮਨਾਇਆ ਜਾਂਦਾ। ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਕੋਈ ਸਿੱਖਿਆ ਨਹੀਂ ਦਿੱਤੀ ਜਾਂਦੀ, ਅਤੇ ਮੇਰੇ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਜਿਹੜਾ ਆਪਾਂ ਆਜ਼ਾਦੀ ਹੈਗੀ, ਆਜ਼ਾਦੀ ਦਾ ਮਤਲਬ ਇਹ ਨਹੀਂ ਹੈਗਾ ਵੀ ਹੈ ਨਾ ਆਪਣੇ ਕੱਪੜੇ ਉਤਾਰ ਕੇ ਫਿਰ ਉਹ, ਆਜ਼ਾਦੀ ਦਾ ਮਤਲਬ ਇਹ ਹੈਗਾ ਵੀ ਆਪਾਂ ਮੋਢੇ ਨਾਲ ਮੋਢਾ ਹੈ ਨਾ ਜੋੜ ਕੇ ਆਪਾਂ ਸਰਕਾਰ ਦੇ ਨਾਲ ਬਰਾਬਰ ਜਾ ਕੇ ਬੈਠ ਸਕਦੇ ਹਾਂ। ਆਪਦੀ ਐਜੂਕੇਸ਼ਨ ਨੂੰ ਵਧਾਓ, ਆਪਦੀ ਹੈ ਨਾ ਆਲੇ ਦੁਆਲਾ ਜਿਹੜਾ ਉਹਨੂੰ ਆਪਾਂ ਤਰੱਕੀ ਦੇ ਵੱਲ ਲੈ ਕੇ ਜਾਈਏ, ਆਪਣੇ ਬੱਚਿਆਂ ਨੂੰ ਤਰੱਕੀ ਵੱਲ ਲੈ ਕੇ ਜਾਈਏ, ਆਪਣੇ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਈਏ। ਵੀਡੀਓ ਚੰਗੀ ਲੱਗੀ ਤਾਂ ਲਾਈਕ ਮੈਂਟ ਸ਼ੇਅਰ ਜ਼ਰੂਰ ਕਰਨਾ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਆਪਣੇ ਚੈਨਲ ਦਾ ਨਾਮ ਮਾਂ ਕਾ ਪਿਆਰ ਔਰ ਬਲੌਗ ਹੈ। ਦੇਖੋ ਇਸ ਆਜ਼ਾਦੀ ਵਾਸਤੇ ਆਪਣੇ ਜਿਹੜੇ ਯੋਧੇ ਹੋਏ ਨੇ ਹੈ ਨਾ, ਊਧਮ ਸਿੰਘ ਜੀ ਵਰਗੇ, ਭਗਤ ਸਿੰਘ ਜੀ ਹੈ ਨਾ, ਗੁਰੂ ਸਾਹਿਬਾਂ ਨੇ ਬਹੁਤ ਸਿੱਖਾਂ ਨੇ ਹੈ ਨਾ ਇਸ ਆਜ਼ਾਦੀ ਨੂੰ ਲੈਣ ਵਾਸਤੇ ਅਸੀਸ ਦਿੱਤੇ ਨੇ, ਤਾਂ ਦੇਖੋ ਉਹਨਾਂ ਦੀ ਆਜ਼ਾਦੀ ਨੂੰ ਪੈਰਾਂ ਦੇ ਵਿੱਚ ਨਾ ਰੋਲੋ। ਮੇਰਾ ਇਹੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ, ਤਾਂ ਪਲੀਜ਼ ਸਾਰੇ ਜਣਿਆਂ ਨੇ 15 ਅਗਸਤ 1947 ਦੀ ਆਜ਼ਾਦੀ ਮੁਬਾਰਕ ਹੋਵੇ, ਪਰ ਇਹਨੂੰ ਬਰਕਰਾਰ ਰੱਖੀਏ, ਆਪਾਂ ਅੰਗਰੇਜ਼ਾਂ ਦੇ ਦੁਬਾਰਾ ਤੋਂ ਗੁਲਾਮ ਨਾ ਬਣ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।